ਤੇ ਉੱਥੇ ਇੱਕ ਤਸਵੀਰ ਅਜਿਹੀ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਟ੍ਰੇਨ ਵਿੱਚ ਤੁਸੀਂ ਆਮ ਲੋਕਾਂ ਨੂੰ, ਜਿਹੜੇ ਵਿਜ਼ਿਟਰਸ ਹੈ ਉਹਨਾਂ ਨੂੰ ਤਾਂ ਝਗੜਦੇ ਹੋਏ ਵੇਖਿਆ ਹੋਣਾ ਸੀਟ ਦੇ ਲਈ ਅਤੇ ਟ੍ਰੇਨ ਵਿੱਚ ਚੜ੍ਹਨ ਦੇ ਲਈ, ਪਰ ਇਹ ਜੋ ਤਸਵੀਰ ਸਾਹਮਣੇ ਆਈ ਹੈ ਇਹ ਕੋਈ ਆਮ ਲੋਕ ਨਹੀਂ, ਇਹ ਲੋਕੋ ਪਾਇਲਟ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਡਰਾਈਵ ਕਰਨਾ ਸੀ। ਅਤੇ ਆਗਰਾ ਤੋਂ ਉਦੈਪੁਰ ਵਿਚਾਲੇ ਟ੍ਰੇਨ ਨਵੀਂ ਨਵੀਂ ਸ਼ੁਰੂ ਹੋਈ ਹੈ ਵੰਦੇ ਭਾਰਤ, ਅਤੇ ਰੇਲਵੇ ਨੇ ਸਟਾਫ ਨੂੰ ਰੇਲ ਗੱਡੀਆਂ ਚਲਾਉਣ ਦੇ ਹੁਕਮ ਇੱਥੇ ਦਿੱਤੇ ਨੇ। ਅਤੇ ਇਹਨਾਂ ਦੀ ਪਰਫੋਰਮੈਂਸ ਮੈਟਰ ਕਰਦੀ ਹੈ ਜਦੋਂ ਇਹ ਵਧੀਆ ਟ੍ਰੇਨ ਚਲਾਉਂਦੇ ਨੇ, ਅਤੇ ਵੰਦੇ ਭਾਰਤ ਟ੍ਰੇਨ ਚਲਾਉਣ ਦਾ ਹਰ ਕੋਈ ਮੌਕਾ ਚਾਹੁੰਦਾ ਸੀ ਅਤੇ ਉਸ ਦੇ ਲਈ ਮਾਰਾਮਾਰੀ ਇੱਥੇ ਦੇਖਣ ਨੂੰ ਮਿਲੀ। ਅਤੇ ਹਰ ਦਿਨ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਗੱਡੀ ਮੈਂ ਚਲਾਵਾਂਗਾ, ਇਹ ਹਰ ਇੱਕ ਲੋਕੋ ਪਾਇਲਟ ਕਹਿੰਦਾ ਹੋਇਆ ਨਜ਼ਰ ਆ ਰਿਹਾ। ਤਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਮਾਰਾਮਾਰੀ ਇੱਥੇ ਸਿਰਫ ਡਰਾਈਵ ਕਰਨ ਨੂੰ ਲੈ ਕੇ ਹੋ ਰਹੀ ਹੈ। ਉੱਥੇ ਇੱਕ ਤਸਵੀਰ ਅਜਿਹੀ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਟ੍ਰੇਨ ਵਿੱਚ ਤੁਸੀਂ ਆਮ ਲੋਕਾਂ ਨੂੰ, ਜਿਹੜੇ ਵਿਜ਼ਿਟਰਸ ਹੈ ਉਹਨਾਂ ਨੂੰ ਤਾਂ ਝਗੜਦੇ ਹੋਏ ਵੇਖਿਆ ਹੋਣਾ ਸੀਟ ਦੇ ਲਈ ਅਤੇ ਟ੍ਰੇਨ ਵਿੱਚ ਚੜ੍ਹਨ ਦੇ ਲਈ, ਪਰ ਇਹ ਜੋ ਤਸਵੀਰ ਸਾਹਮਣੇ ਆਈ ਹੈ ਇਹ ਕੋਈ ਆਮ ਲੋਕ ਨਹੀਂ, ਇਹ ਲੋਕੋ ਪਾਇਲਟ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਡਰਾਈਵ ਕਰਨਾ ਸੀ। ਅਤੇ ਆਗਰਾ ਤੋਂ ਉਦੈਪੁਰ ਵਿਚਾਲੇ ਟ੍ਰੇਨ ਨਵੀਂ ਨਵੀਂ ਸ਼ੁਰੂ ਹੋਈ ਹੈ ਵੰਦੇ ਭਾਰਤ, ਅਤੇ ਰੇਲਵੇ ਨੇ ਸਟਾਫ ਨੂੰ ਰੇਲ ਗੱਡੀਆਂ ਚਲਾਉਣ ਦੇ ਹੁਕਮ ਇੱਥੇ ਦਿੱਤੇ ਨੇ। ਅਤੇ ਇਹਨਾਂ ਦੀ ਪਰਫੋਰਮੈਂਸ ਮੈਟਰ ਕਰਦੀ ਹੈ ਜਦੋਂ ਇਹ ਵਧੀਆ ਟ੍ਰੇਨ ਚਲਾਉਂਦੇ ਨੇ, ਅਤੇ ਵੰਦੇ ਭਾਰਤ ਟ੍ਰੇਨ ਚਲਾਉਣ ਦਾ ਹਰ ਕੋਈ ਮੌਕਾ ਚਾਹੁੰਦਾ ਸੀ ਅਤੇ ਉਸ ਦੇ ਲਈ ਮਾਰਾਮਾਰੀ ਇੱਥੇ ਦੇਖਣ ਨੂੰ ਮਿਲੀ। ਅਤੇ ਹਰ ਦਿਨ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਗੱਡੀ ਮੈਂ ਚਲਾਵਾਂਗਾ, ਇਹ ਹਰ ਇੱਕ ਲੋਕੋ ਪਾਇਲਟ ਕਹਿੰਦਾ ਹੋਇਆ ਨਜ਼ਰ ਆ ਰਿਹਾ। ਤਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਮਾਰਾਮਾਰੀ ਇੱਥੇ ਸਿਰਫ ਡਰਾਈਵ ਕਰਨ ਨੂੰ ਲੈ ਕੇ ਹੋ ਰਹੀ ਹੈ।